ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਨਜਾਇਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਨੇ, ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ। ਸੋ ਉਸਦੇ ਰਿਗਾਰਡਿੰਗ ਦੱਸਣ ਲੱਗੇ ਵੀਰੇ, ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ। ਜੋ ਪ੍ਰਾਈਜ਼ ਮੌਕੇ 'ਤੇ ਘੱਟ ਹੋਵੇਗਾ ਮੌਕੇ 'ਤੇ ਡਿਸਕਾਊਂਟ ਕਰਨਗੇ ਵੀਰ। ਸੋ ਜੋ ਕਿ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ, ਮਾਲਕ ਵੀਰਾਂ ਨਾਲ ਫੋਨ 'ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ, 5 ਗੱਡੀਆਂ ਨੇ ਵੀਰੇ, 1 ਮੋਟਰਸਾਈਕਲ ਹੈ। ਗੱਡੀ ਦੇ ਵਿੱਚ ਆਪਣੇ ਕੋਲ ਮਰੂਤੀ ਜਿਨ ਗੱਡੀ ਹੈ, ਮਰੂਤੀ ਅਲਟੋ K10 ਗੱਡੀ ਹੈ, ਮਹਿੰਦਰਾ ਥਾਰ ਹੈ, ਹੁੰਡਾਏ ਵਰਨਾ ਗੱਡੀ ਹੈ, ਫੋਰਡ ਅੰਡੈਵਰ ਗੱਡੀ ਹੈ। ਇਹ 5 ਗੱਡੀਆਂ ਨੇ ਵੀਰੇ। ਇੱਕ ਆਪਣੇ ਕੋਲ ਇਲੈਕਟ੍ਰਾ ਬੁਲਟ ਮੋਟਰਸਾਈਕਲ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ ਜਿਨ ਬਾਰੇ। ਮਰੂਤੀ ਜਿਨ ਵੀਰੇ 2002 ਮਾਡਲ ਗੱਡੀ ਹੈ, DI ਵੇਰੀਐਂਟ ਹੈ, ਡੀਜ਼ਲ ਵਰਜਨ ਦੇ ਵਿੱਚ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜੋ ਟਾਇਰ ਨੇ, ਫਰੰਟ ਵਾਲੇ ਟਾਇਰ 60-70 ਪੈਸੇ ਨੇ, ਬੈਕ ਵਾਲੇ ਟਾਇਰ 80-85 ਪੈਸੇ ਨੇ। ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਚਾਰੋ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਕੁਆਲਿਟੀ ਦੇ ਅਲਾਇ ਵੀਲ ਲੱਗੇ ਹੋਏ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਇੰਜਨ ਗੇਅਰ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ। 95,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰੀਜਨਲ ਚੱਲੀ ਹੈ, ਇੰਜਨ ਗੇਅਰ ਬਿਲਕੁਲ ਓਕੇ ਹੈ ਵੀਰੇ, ਕੋਈ ਐਕਸਟਰਾ ਨੋਇਸ ਵਗੈਰਾ ਨਹੀਂ, ਇੱਕਦਮ ਸਾਇਲੈਂਟ ਗੱਡੀ ਹੈ, ਵੈਲ ਮੇਨਟੇਨਡ ਹੈ ਗੱਡੀ, ਸਾਫ਼ ਸੁਥਰਾ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਹੈ ਵੀਰੇ, ਪੇਪਰ ਵਗੈਰਾ ਕੰਪਲੀਟ ਨੇ। ਏਰੀਆ ਵੀਰੇ ਨਾਭਾ ਏਰੀਆ ਵੀਰਾਂ ਦਾ, ਨਾਭੇ ਦੇ ਲਾਗੇ ਪਿੰਡ ਹੈ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 50,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਵੀਰੇ, ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਅਲਟੋ ਗੱਡੀ ਦਿਖਾ ਰਹੇ ਹਾਂ। ਮਰੂਤੀ ਅਲਟੋ ਵੀਰੇ 2013 ਮਾਡਲ ਗੱਡੀ ਹੈ, K10 ਵੇਰੀਐਂਟ ਹੈ, K10 BXI ਵਰਜਨ ਗੱਡੀ ਹੈ ਵੀਰੇ, 2013 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਉਹ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲੋਏ ਵੀ ਲੱਗੇ ਵੇ ਨੇ, ਵਧੀਆ ਕੁਆਲਿਟੀ ਦੇ ਅਲੋਏ ਵੀ ਲੱਗੇ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨਡ ਹੈ ਗੱਡੀ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 85,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰੀਜਨਲ ਚੱਲੀ ਹੈ, ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਸੀਲਡ ਇੰਜਨ ਗੇਅਰ ਹੈ, ਕੋਈ ਐਕਸਟਰਾ ਨੋਇਸ ਵਗੈਰਾ ਨਹੀਂ, ਬਾਕੀ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਵੀਰੇ। ਸਰਵਿਸ ਵਗੈਰਾ ਡਨ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪਾਵਰ ਗੱਡੀ ਹੈ ਵੀਰੇ, BXI ਵੇਰੀਐਂਟ ਹੈ, ਹਰਿਆਣਾ ਨੰਬਰ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, NOC ਵਗੈਰਾ ਵੀਰ ਕਢਵਾ ਕੇ ਦੇਣਗੇ। ਏਰੀਆ ਵੀਰੇ ਕਰਨਾਲ ਏਰੀਆ ਵੀਰਾਂ ਦਾ, ਹਰਿਆਣਾ ਦੇ ਵਿੱਚ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 2,00,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਬੁਲਟ ਮੋਟਰਸਾਈਕਲ ਦਿਖਾ ਰਹੇ ਹਾਂ, ਰੋਇਲ ਇਨਫੀਲਡ ਇਲੈਕਟ੍ਰਾ ਮੋਟਰਸਾਈਕਲ ਹੈ ਵੀਰੇ, 2009 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ। ਮੋਟਰਸਾਈਕਲ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਮੋਟਰਸਾਈਕਲ ਦੀ ਬਿਲਕੁਲ ਓਕੇ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ, ਕੋਈ ਕਮੀ ਪੇਸ਼ੀ ਨਹੀਂ ਵੀਰੇ, ਹਲਕਾ ਜਿਹਾ ਇੱਕ ਫਿਊਲ ਟੈਂਕ ਦੇ ਉੱਪਰ ਡੈਂਟ ਹੈ, ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ, ਕੋਈ ਮੇਜਰ ਐਕਸੀਡੈਂਟਲ ਵਗੈਰਾ ਨਹੀਂ, ਕੋਈ ਡੈਮੇਜ ਵਗੈਰਾ ਨਹੀਂ, ਮੋਟਰਸਾਈਕਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ, ਕੋਈ ਕਿਤੋਂ ਲੀਕ ਵਗੈਰਾ ਨਹੀਂ, ਵੈਲ ਮੇਨਟੇਨਡ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ।
ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ। ਚੈਨ ਸੈੱਟ ਵਗੈਰਾ ਬੈਟਰੀ ਵਗੈਰਾ ਬਿਲਕੁਲ ਓਕੇ ਹੈ, ਕੋਈ ਸਟਾਰਟਿੰਗ ਪ੍ਰੋਬਲਮ ਨਹੀਂ, ਪਹਿਲੀ ਕਿੱਕ ਸਟਾਰਟ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ। ਪੰਜਾਬ ਨੰਬਰ ਹੈ, 38,000 ਕਿਲੋਮੀਟਰ ਮੋਟਰਸਾਈਕਲ ਚੱਲਿਆ ਵਿਆ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਿਆ ਵੀਰੇ। ਸਿੰਗਲ ਹੈਂਡ ਡਰਾਈਵ ਹੈ, ਆਰਮੀ ਪਰਸਨ ਕੋਲ ਮੋਟਰਸਾਈਕਲ ਹੈ, ਵੈਲ ਮੇਨਟੇਨਡ ਹੈ। ਏਰੀਆ ਵੀਰੇ ਦਸੂਹਾ ਏਰੀਆ ਵੀਰਾਂ ਦਾ ਹੁਸ਼ਿਆਰਪੁਰ ਦੇ ਵਿੱਚ, ਉੱਥੇ ਵੀਰਾਂ ਕੋਲ ਮੋਟਰਸਾਈਕਲ ਹੈ। ਮੋਟਰਸਾਈਕਲ ਦੀ ਡਿਮਾਂਡ ਰੱਖੀ ਗਈ ਹੈ 85,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ। ਸੋ ਨਾਲ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਇਹਨੂੰ ਹੁੰਡਾਏ ਵਰਨਾ ਗੱਡੀ ਦਿਖਾ ਰਹੇ ਹਾਂ। ਹੁੰਡਾਏ ਵਰਨਾ ਵੀਰੇ 2012 ਮਾਡਲ ਗੱਡੀ ਹੈ, 1.6 ਵਰਜਨ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ। ਗੱਡੀ ਦੇ ਜੋ ਟਾਇਰ ਨੇ 60-65 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਵਧੀਆ ਓਰਿਜਨਲ ਰੰਗ ਪੇਂਟ ਹੈ ਵੀਰੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨਡ ਹੈ ਗੱਡੀ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 75,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਨਲ ਚੱਲੀ ਹੈ, ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਹੋਈ ਵੀ ਹੈ, ਕੋਈ ਐਕਸਟਰਾ ਨੋਇਸ ਵਗੈਰਾ ਨਹੀਂ, ਇੰਜਨ ਗੇਅਰ ਇਕਦਮ ਸਾਈਲੈਂਟ ਹੈ, ਬਾਕੀ ਸਾਰੇ ਫੀਚਰਸ ਵਰਕਿੰਗ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਹੈ ਵੀਰੇ, ਫੈਂਸੀ VIP ਨੰਬਰ ਹੈ, ਪੇਪਰ ਕੰਪਲੀਟ ਨੇ। ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 4,50,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਨਿਊ ਬੈਟਰੀ ਲੱਗੇ ਵੀਰੇ ਗੱਡੀ ਨੂੰ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਸੋ ਨਾਲ ਹੀ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੈਨੂੰ ਫੋਰਡ ਅੰਡੈਵਰ ਗੱਡੀ ਦਿਖਾ ਰਹੇ ਹਾਂ। ਫੋਰਡ ਅੰਡੈਵਰ ਵੀਰੇ 2009 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜੋ ਟਾਇਰ ਨੇ, ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਨੇ, ਬੈਕ ਵਾਲੇ ਟਾਇਰ 50-55 ਪੈਸੇ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਬੰਪਰ ਟੂ ਬੰਪਰ ਸਾਰਾ ਓਰਿਜਨਲ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨਡ ਹੈ ਗੱਡੀ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ, 1,43,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਹੈ, ਸਰਵਿਸ ਵਗੈਰਾ ਹੋਈ ਵੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਮੂਥ ਚੱਲਦੀ ਹੈ ਗੱਡੀ, ਕੋਈ ਕਮੀ ਪੇਸ਼ੀ ਨਹੀਂ, ਕੋਈ ਐਕਸਟਰਾ ਨੋਇਸ ਵਗੈਰਾ ਨਹੀਂ ਵੀਰੇ, ਇੰਜਨ ਗੇਅਰ ਇਕਦਮ ਸਮੂਥਲੀ ਵਰਕ ਕਰਦਾ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, ਬਾਕੀ ਕੋਈ ਕਮੀ ਪੇਸ਼ੀ ਨਹੀਂ। ਮੈਨੂਅਲ ਵਰਜਨ ਹੈ ਵੀਰੇ, 2-wheel ਡਰਾਈਵ ਹੈ ਗੱਡੀ, ਪੰਜਾਬ ਨੰਬਰ ਹੈ, ਪੇਪਰ ਕੰਪਲੀਟ ਨੇ, ਵੀਰ ਅਬਰਾਉਡ ਦੇ ਵਿੱਚ ਨੇ, ਇਸ ਕਰਕੇ ਬਹੁਤ ਘੱਟ ਯੂਜ਼ ਹੋਈ ਗੱਡੀ ਹੈ, ਵੈਲ ਮੇਨਟੇਨਡ ਹੈ। ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਹ ਵੀਰਾਂ ਦਾ ਵਟਸਐਪ ਨੰਬਰ ਹੈ ਵੀਰੇ, ਕਿਉਂਕਿ ਵੀਰ ਇਟਲੀ ਦੇ ਵਿੱਚ ਨੇ, ਸੋ ਇਸ ਨੰਬਰ ਤੇ ਵਟਸਐਪ ਤੇ ਤੁਸੀਂ ਕਨੈਕਟ ਕਰਕੇ ਵੀਰਾਂ ਨਾਲ ਵਧੇਰੇ ਜਾਣਕਾਰੀ ਲੈ ਕੇ ਗੱਡੀ ਵਗੈਰਾ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਇਹਨੂੰ ਮਹਿੰਦਰਾ ਥਾਰ ਦਿਖਾ ਰਹੇ ਹਾਂ। ਮਹਿੰਦਰਾ ਥਾਰ ਵੀਰੇ 2014 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ। ਫਸਟ ਓਨਰ ਹੈ, ਪਹਿਲੇ ਮਾਲਕ ਕੋਲ ਗੱਡੀ ਹੈ, ਵੈਲ ਮੇਨਟੇਨਡ ਹੈ। ਗੱਡੀ ਦੇ ਜੋ ਟਾਇਰ ਨੇ 70-75 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰਿਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਬੰਪਰ ਟੂ ਬੰਪਰ ਸਾਰਾ ਓਰਿਜਨਲ ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨਡ ਹੈ ਗੱਡੀ। ਬਾਡੀ ਲਾਈਨ ਦੀ ਬਿਲਕੁਲ ਸਾਫ਼ ਸੁਥਰੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 82,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਨਲ ਚੱਲੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਜੈੱਡ ਬਲੈਕ ਕਲਰ ਦੇ ਵਿੱਚ ਗੱਡੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਹੋਏ ਨੇ, ਮੈਟਿੰਗ ਵਗੈਰਾ ਹੋਈ ਵੀ ਹੈ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਵਧੀਆ ਟੌਪ ਕਲਾਸ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਵੀਰੇ, ਸੋਨੀ ਦਾ, ਫੁੱਲ ਇੰਸ਼ੋਰੈਂਸ ਹੈ ਗੱਡੀ, ਪੰਜਾਬ ਨੰਬਰ ਹੈ, ਪੇਪਰ ਕੰਪਲੀਟ ਨੇ। ਏਰੀਆ ਵੀਰੇ ਭੋਗਪੁਰ ਏਰੀਆ ਵੀਰਾਂ ਦਾ, ਜ਼ਿਲ੍ਹਾ ਜਲੰਧਰ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ ਹੈ 6,25,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਜਹਾਜ਼ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਅਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ।
ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਜ਼ਰੂਰ ਦਿਓ। ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਉਮੀਦ ਕਰਦੇ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਆਪਾਂ ਨੂੰ ਮਸ਼ੀਨਰੀ ਸੈਂਡ ਕਰਦਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ, ਕਿਉਂਕਿ ਵੀਰੇ ਬਹੁਤ ਮੇਰੇ ਵੀਰ ਰੇਟ ਵਗੈਰਾ ਬਹੁਤ ਜ਼ਿਆਦਾ ਰੱਖ ਦਿੰਦੇ ਨੇ। ਇਹਨਾਂ ਚੀਜ਼ਾਂ ਕਰਕੇ ਚੀਜ਼ਾਂ ਸੇਲ ਨਹੀਂ ਹੋ ਪਾਉਂਦੀਆਂ ਅਤੇ ਨਾਲ ਹੀ ਆਪਣੇ ਚੈਨਲ 'ਤੇ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ। ਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਅਗਰ ਕਿਸੇ ਮੇਰੇ ਵੀਰ ਨੂੰ ਕੋਈ ਰੇਟ ਬਾਰੇ ਪ੍ਰੋਬਲਮ ਹੈ ਤਾਂ ਆਪਣੇ ਨਾਲ ਵਟਸਐਪ 'ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਹਿਸਾਬ ਨਾਲ ਰੇਟ ਵਗੈਰਾ ਆਪਣਾ ਪਤਾ ਕਰਕੇ ਚੀਜ਼ ਦੀ ਤੁਸੀਂ ਐਡ ਕਰਵਾ ਸਕਦੇ ਹੋ। ਨੰਬਰ 2 ਵੀਰੇ, ਜਾਣਕਾਰੀ ਸਹੀ ਦਿਆ ਕਰੋ। ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ, ਐਕਸੀਡੈਂਟ ਗੱਡੀਆਂ ਨੂੰ, ਟੱਚਿੰਗ ਵਾਲੀਆਂ ਗੱਡੀਆਂ ਨੂੰ ਓਰੀਜਨਲ ਦੱਸ ਕੇ ਐਡ ਕਰਵਾ ਲੈਂਦੇ ਨੇ। ਜਦੋਂ ਕੋਈ ਵੀਰ ਖਰੀਦਣ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ, ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ। ਸੋ ਇਹਨਾਂ ਚੀਜ਼ਾਂ ਕਰਕੇ ਟਾਈਮ ਅਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ। ਸਹੀ ਜਾਣਕਾਰੀ ਦਿਓ, ਜੋ ਸਹੀ ਰੇਟ ਹੈ ਤੁਹਾਡੀ ਚੀਜ਼ ਦਾ ਉਹ ਰੱਖੋ, ਅਤੇ ਅਗਰ ਕਿਸੇ ਮੇਰੇ ਵੀਰ ਨੂੰ ਕੋਈ ਜ਼ਿਆਦਾ ਪ੍ਰੋਬਲਮ ਹੈ ਵੀਰੇ, ਉਹ ਆਪਣੇ ਨਾਲ ਵਟਸਐਪ 'ਤੇ ਕਨੈਕਟ ਕਰਕੇ ਵਧੇਰੇ ਜਾਣਕਾਰੀ ਲੈ ਕੇ ਗੱਡੀ ਵਗੈਰਾ ਖਰੀਦ ਸਕਦਾ ਹੈ। ਨੰਬਰ 2 ਵੀਰੇ, ਫੋਨ ਨੰਬਰ ਵਗੈਰਾ ਆਪਣਾ ਉਹੀ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ। ਲੋਕੇਸ਼ਨ ਵਗੈਰਾ ਆਪਣੀ ਟਰੇਸੇਬਲ ਦੱਸੋ ਤਾਂ ਜੋ ਆਸਾਨੀ ਨਾਲ ਤੁਹਾਡੇ ਕੋਲ ਵੀ ਪਹੁੰਚ ਸਕਣ। ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ।